ਇਸ ਸੀਜ਼ਨ 'ਚ ਟਿਕਸ ਆ ਜਾਂਦੇ ਆ। ਟਿਕਸ ਕਰਕੇ ਜਿਹੜੀ ਬਿਮਾਰੀਆਂ ਹੁੰਦੀਆਂ ਉਹ ਅੱਗੋਂ ਲਿਵਰ ਅਤੇ ਕਿਡਨੀ ਨੂੰ ਵੀ ਇਫੈਕਟ ਕਰ ਸਕਦੀਆਂ। ਫੂਡ ਘੱਟ ਖਾ ਰਿਹਾ, ਪਾਣੀ ਜ਼ਿਆਦਾ ਪੀ ਰਿਹਾ, ਯੂਰਿਨ ਜ਼ਿਆਦਾ ਕਰ ਰਿਹਾ, ਯੂਰਿਨ ਦਾ ਕਲਰ ਚੇਂਜ ਹੋ ਰਿਹਾ, ਆਪਾਂ ਨੂੰ ਆਈਡੀਆ ਹੁੰਦਾ ਕਿ ਹੀ ਇਜ਼ ਨੋਟ ਬਿਹੇਵਿੰਗ ਨੋਰਮਲੀ। ਇਹਨਾਂ ਕਰਕੇ ਜਿਹੜੀ ਸਕਿਨ ਦੀ ਇਨਫੈਕਸ਼ਨਸ ਹੁੰਦੀਆਂ ਹੁਣ ਬਹੁਤ ਵੱਧ ਜਾਂਦੀਆਂ। ਸਰਦੀਆਂ 'ਚ ਟਿਕ ਫਲੀ ਬਹੁਤ ਘੱਟ ਹੁੰਦੇ, ਬਹੁਤ ਘੱਟ ਹੁੰਦੀਆਂ ਇਨਫੈਕਸ਼ਨਸ। ਡੋਗ ਪਹਿਲਾਂ ਸਾਈਨ ਸ਼ੋ ਕਰਦਾ ਖਾਰਿਸ਼ ਕਰ ਰਿਹਾ, ਉਹ ਕਿਸ ਪੈਟਰਨ 'ਚ ਖਾਰਿਸ਼ ਕਰ ਰਿਹਾ ਉਹ ਤੋਂ ਆਈਡੀਆ ਹੋ ਜਾਂਦਾ ਵੀ ਟਿਕ ਫਲੀ ਹੈ। ਜੇ ਤੁਸੀਂ ਦੇਖ ਸਕਦੇ ਤਾਂ ਸਭ ਤੋਂ ਬੈਸਟ ਹੈ, ਅੰਦਰ ਰਹਿ ਜਾਂਦੀਆਂ, ਉਹ ਬਾਰ ਬਾਰ ਉੱਠਦੀਆਂ, ਬਾਰ ਬਾਰ ਸੈੱਲ ਕੱਟਦੇ, ਬੁਖਾਰ ਹੁੰਦਾ ਉਹਨੂੰ, 104 105 ਤੱਕ ਚੱਲ ਜਾਂਦਾ। ਜੇ ਉਹ ਟਿਕਸ ਦੀ ਪ੍ਰੀਵੈਂਸ਼ਨ ਕਰ ਲੈਂਦੇ ਬਿਮਾਰੀਆਂ ਸਾਰੀਆਂ ਪ੍ਰੀਵੈਂਟ ਹੋ ਜਾਂਦੀਆਂ। ਪਲਾਂਟਸ ਦੇ ਵਿੱਚ ਲੁਕੇ ਬੈਠੇ ਹੁੰਦੇ, ਉਹ ਝਾੜੀਆਂ 'ਚ ਨਿਕਲੂਗਾ, ਘਾਹ ਤੋਂ ਨਿਕਲੂਗਾ, ਟਿਕ ਡੋਗ 'ਤੇ ਆ ਜਾਂਦਾ। ਉਹਨੂੰ 24 ਘੰਟੇ ਚਾਹੀਦੇ ਬਿਮਾਰੀ ਫੈਲਾਉਣ ਨੂੰ, ਫੀਡ ਕਰਨ ਨੂੰ। ਜੇ ਆਪਾਂ ਉਸ ਦੌਰਾਨ ਹੀ ਕਲੀਨ ਕਰ ਲੈਂਦੇ ਗੁੱਡ ਹੋ ਜਾਂਦਾ ਕੰਮ। ਫਿਰ ਇਹਨਾਂ ਦੇ ਟਿਕ ਪਾਊਡਰਸ, ਟਿਕ ਸ਼ੈਂਪੂਸ, ਟਿਕ ਦੀ ਟੈਬਲੇਟਸ ਆਉਂਦੀਆਂ ਜਿਹੜੀਆਂ, ਇਹਨੂੰ ਜਾ ਸਕਦੀਆਂ। ਤੁਸੀਂ ਸਿਰਫ ਨੋਟ ਕਰਨਾ, ਦੇਖਣਾ ਸਭ ਕੁਛ ਚੰਗਾ ਚੱਲ ਰਿਹਾ, ਠੀਕ ਹੈ, ਨਹੀਂ ਲੜ ਰਿਹਾ ਛੇਤੀ ਤੋਂ ਛੇਤੀ ਲੈ ਜਾਓ। ਜੇ ਕੁਛ ਨਹੀਂ ਨਿਕਲਦਾ ਗੁੱਡ, ਜੇ ਨਿਕਲ ਆਉਂਦਾ ਤਾਂ ਪਹਿਲਾਂ ਪਤਾ ਲੱਗ ਜਾਂਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ, ਮੈਂ ਹਾਂ ਪ੍ਰਬਲੀਨ ਕੌਰ। ਅਕਸਰ ਘਰਾਂ ਦੇ ਵਿੱਚ ਪੈਟਸ ਰੱਖਣੇ ਲੋਕਾਂ ਨੂੰ ਬਹੁਤ ਪਸੰਦ ਨੇ, ਔਰ ਕਿੱਦਾਂ ਉਹਦੀ ਕੇਅਰ ਕਰਨੀ ਚਾਹੀਦੀ ਹੈ, ਕਿਉਂਕਿ ਇਹੋ ਜਿਹੀ ਮੌਸਮ ਦੇ ਵਿੱਚ ਜਦੋਂ ਚੇਂਜਸ ਆਉਂਦੇ ਨੇ ਤਾਂ ਜਿਵੇਂ ਹਿਊਮਨ ਬਾਡੀ ਦੇ ਵਿੱਚ ਚੇਂਜਸ ਹੁੰਦੇ ਨੇ, ਹਿਊਮਨ ਬਾਡੀ ਨੂੰ ਬੁਖਾਰ ਚੜ੍ਹਦਾ ਜਾਂ ਫਿਰ ਡਾਕਟਰਸ ਦੇ ਕੋਲ ਅਸੀਂ ਜਾ ਸਕਦੇ ਹਾਂ, ਪਰ ਇੱਕ ਬੇਜ਼ਬਾਨ ਜਾਨਵਰ ਜਿਸਦੇ ਕੋਲ ਕੋਈ ਪ੍ਰੋਬਲਮ ਹੁੰਦੀ ਵੀ ਹੋਵੇ ਤਾਂ ਕਿਵੇਂ ਉਸਦੀ ਕੇਅਰ ਕਰਨੀ ਚਾਹੀਦੀ, ਕੀ ਪ੍ਰੀਕੋਸ਼ਨਸ ਲੈਣੀਆਂ ਚਾਹੀਦੀਆਂ ਨੇ। ਸਾਡੇ ਨਾਲ ਐਕਸਪਰਟ ਮੌਜੂਦ ਨੇ, ਡਾਕਟਰ ਜਸਪ੍ਰੀਤ ਜੀ। ਆਪਾਂ ਅੱਜ ਗੱਲਬਾਤ ਕਰਦੇ ਹਾਂ, ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਕੋਲ ਕਿਸ ਤਰੀਕੇ ਦੀ ਪ੍ਰੋਬਲਮਸ ਜਿਹੜੇ ਨੇ ਲੈ ਕੇ ਪਹੁੰਚ ਰਹੇ ਨੇ ਲੋਕ, ਕਿਉਂਕਿ ਕਈ ਲੋਕ ਆਪਣੇ ਪੈਟਸ ਦਾ ਬਹੁਤ ਖਾਸ ਧਿਆਨ ਰੱਖਣਾ ਸ਼ੁਰੂ ਹੋ ਜਾਂਦੇ ਜਦੋਂ ਮੌਸਮ ਦੇ ਵਿੱਚ ਤਬਦੀਲੀ ਆਉਂਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਪੇਸ਼ੈਂਟ ਜੀ ਲਗਾਤਾਰ ਤੁਹਾਡੇ ਕੋਲ ਆਉਂਦੇ ਰਹਿੰਦੇ, ਕਿਹੜੀਆਂ ਕਿਹੜੀਆਂ ਪ੍ਰੋਬਲਮਸ ਲੈ ਕੇ ਆਉਂਦੇ, ਕਿਉਂਕਿ ਮੌਸਮ ਦੇ ਨਾਲ ਨਾਲ ਬਹੁਤ ਸਾਰੀ ਚੇਂਜਸ ਹਿਊਮਨ ਬਾਡੀ ਦੇ ਨਾਲ ਨਾਲ ਐਨੀਮਲ ਬਾਡੀ ਦੇ ਵਿੱਚ ਵੀ ਹੁੰਦੀ ਹੈ। ਜਿਵੇਂ ਹੁਣ ਸਮਰ ਸਟਾਰਟ ਹੋਈ ਹੈ, ਰੇਨੀ ਸੀਜ਼ਨ ਨਾਲ ਸਟਾਰਟ ਹੋ ਰਿਹਾ, ਇਸ ਦੌਰਾਨ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਹੀਟ ਪ੍ਰੋਸਟਰੇਸ਼ਨ, ਗਰਮੀ ਕਰਕੇ ਤਕਲੀਫ 'ਚ ਚੱਲ ਜਾਂਦਾ ਡੋਗ। ਘਰੇ ਜਿਹੜਾ ਫਸਟ ਸਾਈਨ ਤੁਸੀਂ ਦੇਖਦੇ ਹੋ, ਪੈਂਟ ਕਰ ਰਿਹਾ ਹੁੰਦਾ ਬਹੁਤ ਜ਼ਿਆਦਾ, ਜੀਭ ਬਾਹਰ ਕੱਢੀ ਹੋਊਗੀ, ਲਾਲ ਹੋਊਗੀ, ਅਤੇ ਉਹ ਹਫ਼ਤਾ ਫਿਰੂਗਾ, ਡਿਸਕੰਫਰਟ 'ਚ ਤੰਗ ਹੋ ਰਿਹਾ ਹੋਊਗਾ, ਉਹਦਾ ਫਸਟ ਸਾਈਨ ਇਹੀ ਹੈ ਕਿ ਉਹ ਪ੍ਰੋਬਲਮ 'ਚ। ਅਤੇ ਇਹ ਸਿਰਫ ਵੈਦਰ ਠੀਕ ਕਰਕੇ, ਉਹਨੂੰ ਏ ਸੀ 'ਚ ਬਿਠਾ ਕੇ ਉਹ ਆਪਾਂ ਠੀਕ ਕਰ ਸਕਦੇ ਹਾਂ। ਬੇਸਿਕ ਚੀਜ਼ਾਂ ਜੋ ਤੁਸੀਂ ਰੋਜ਼ ਆਪਣੇ ਡੋਗ ਨਾਲ ਰਹਿ ਰਹੇ ਹੋ, ਤੁਸੀਂ ਦੇਖਦੇ ਹੋ ਕੁਛ ਚੇਂਜਸ ਹੋ ਰਹੀਆਂ, ਫੂਡ ਘੱਟ ਖਾ ਰਿਹਾ, ਪਾਣੀ ਜ਼ਿਆਦਾ ਪੀ ਰਿਹਾ, ਯੂਰਿਨ ਜ਼ਿਆਦਾ ਕਰ ਰਿਹਾ, ਯੂਰਿਨ ਦਾ ਕਲਰ ਚੇਂਜ ਹੋ ਰਿਹਾ, ਪੋਟੀ ਚੇਂਜ ਹੋ ਰਹੀ ਹੈ, ਉਹ ਚੀਜ਼ਾਂ ਆਪਾਂ ਨੋਟ ਕਰਦੇ ਹਾਂ, ਆਪਾਂ ਨੂੰ ਆਈਡੀਆ ਹੁੰਦਾ ਕਿ ਹੀ ਇਜ਼ ਨੋਟ ਬਿਹੇਵਿੰਗ ਨੋਰਮਲੀ, ਕੁਛ ਹੋ ਰਿਹਾ, ਫਿਰ ਆਪਾਂ ਡਾਕਟਰ ਕੋਲ ਲੈ ਕੇ ਜਾਂਦੇ। ਫਿਰ ਡਾਕਟਰ ਲੱਭਣ ਦੀ ਕੋਸ਼ਿਸ਼ ਕਰਦਾ ਕਿ ਵੈਦਰ ਕਰਕੇ ਹੀ ਹੋ ਰਿਹਾ ਕਿ ਸੱਚੀ ਮੁੱਚੀ ਕੋਈ ਪ੍ਰੋਬਲਮ ਚੱਲ ਰਹੀ ਹੈ। ਇਸ ਸੀਜ਼ਨ 'ਚ ਟਿਕਸ ਆ ਜਾਂਦੇ ਆ, ਟਿਕਸ ਬਲੱਡ ਪ੍ਰੋਟੋਜ਼ੋਲ ਇਨਫੈਕਸ਼ਨਸ ਕਰਦੇ ਆ, ਇਹ ਖੂਨ ਦੀਆਂ ਅਨੀਮੀਆ ਕੌਜ਼ ਕਰ ਲੈਂਦੇ, ਪਲੇਟਲੇਟਸ ਘੱਟ ਜਾਂਦੇ। ਟਿਕਸ ਕਰਕੇ ਜਿਹੜੀ ਬਿਮਾਰੀਆਂ ਹੁੰਦੀਆਂ ਉਹ ਅੱਗੋਂ ਲਿਵਰ ਅਤੇ ਕਿਡਨੀ ਨੂੰ ਵੀ ਇਫੈਕਟ ਕਰ ਸਕਦੀਆਂ। ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਇਸ ਟਾਈਮ ਆਪਾਂ ਪ੍ਰੀਵੈਂਟ ਕਰ ਸਕਦੇ ਹਾਂ ਸਿਰਫ ਟਿਕਸ ਫਲੀਜ਼ ਨੂੰ ਪ੍ਰੀਵੈਂਟ ਕਰਕੇ। ਇਹਨਾਂ ਕਰਕੇ ਜਿਹੜੀ ਸਕਿਨ ਦੀ ਇਨਫੈਕਸ਼ਨਸ ਹੁੰਦੀਆਂ ਹੁਣ ਬਹੁਤ ਵੱਧ ਜਾਂਦੀਆਂ। ਸਰਦੀਆਂ 'ਚ ਟਿਕ ਫਲੀ ਬਹੁਤ ਘੱਟ ਹੁੰਦੇ, ਬਹੁਤ ਘੱਟ ਹੁੰਦੀਆਂ ਇਨਫੈਕਸ਼ਨਸ। ਡੋਗ ਪਹਿਲਾਂ ਸਾਈਨ ਸ਼ੋ ਕਰਦਾ ਖਾਰਿਸ਼ ਕਰ ਰਿਹਾ, ਉਹ ਕਿਸ ਪੈਟਰਨ 'ਚ ਖਾਰਿਸ਼ ਕਰ ਰਿਹਾ ਉਹ ਤੋਂ ਆਈਡੀਆ ਹੋ ਜਾਂਦਾ ਵੀ ਟਿਕ ਫਲੀ ਹੈ, ਜੇ ਤੁਸੀਂ ਦੇਖ ਸਕਦੇ ਤਾਂ ਸਭ ਤੋਂ ਬੈਸਟ ਹੈ। ਪਹਿਲਾਂ ਇਹੀ ਕਿਹਾ ਜਾਂਦਾ ਸੀਗਾ ਕਿ ਜੇ ਡੋਗ ਘਰ ਵਿੱਚ ਹੈਗਾ ਤਾਂ ਨੋਰਮਲ ਲਿੱਤਾ ਜਾਂਦਾ ਸੀ ਇਸ ਚੀਜ਼ ਨੂੰ ਕਿ ਚਿੱਚੜ ਪਏ ਆ, ਹੌਲੀ ਹੌਲੀ ਮੌਸਮ ਦੇ ਨਾਲ ਨਿਕਲ ਜਾਣਗੇ, ਪਰ ਇਹ ਪ੍ਰੋਬਲਮ ਕਾਫੀ। ਹਾਂ, ਇਹ ਬਹੁਤ ਇੰਪੋਰਟੈਂਟ ਹੋ ਜਾਂਦਾ ਜੀ, ਜਦੋਂ ਚਿੱਚੜ ਫੀਡ ਕਰਦਾ ਉਹਦੇ ਸਲਾਈਵਾ 'ਚ ਜਦੋਂ ਇਨਫੈਕਸ਼ਨ ਹੁੰਦੀ ਹੈ ਉਹ ਡੋਗ ਤੱਕ ਜਾਂਦੀ ਹੈ। ਡੋਗ ਦੇ ਵਿੱਚ ਕਈ ਇਨਫੈਕਸ਼ਨ ਜਿਵੇਂ ਬਬੇਸ਼ੀਆ, ਐਹਲੀਚੀਆ ਅੱਜ ਕੱਲ੍ਹ ਬਹੁਤ ਕਾਮਨ ਆ, ਅਤੇ ਉਹ ਅੰਦਰ ਰਹਿ ਜਾਂਦੀਆਂ, ਉਹ ਬਾਰ ਬਾਰ ਉੱਠਦੀਆਂ, ਬਾਰ ਬਾਰ ਸੈੱਲ ਕੱਟਦੇ, ਬੁਖਾਰ ਹੁੰਦਾ ਉਹਨੂੰ, 104 105 ਤੱਕ ਚੱਲ ਜਾਂਦਾ। ਫਿਰ ਸਾਡਾ ਮੇਨ ਮਕਸਦ ਇਹ ਹੋ ਜਾਂਦਾ ਕਿ ਡਾਇਗਨੋਸ ਕਰਨਾ ਕਿਉਂ ਹੋ ਰਿਹਾ ਅਤੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨਾ। ਓਨਰ ਜਦੋਂ ਆਪਣਾ ਘਰ ਡੋਗ ਨੂੰ ਦੇਖ ਰਿਹਾ, ਜੇ ਉਹ ਟਿਕਸ ਦੀ ਪ੍ਰੀਵੈਂਸ਼ਨ ਕਰ ਲੈਂਦੇ ਬਿਮਾਰੀਆਂ ਸਾਰੀਆਂ ਪ੍ਰੀਵੈਂਟ ਹੋ ਜਾਂਦੀਆਂ। ਕਿਵੇਂ ਪ੍ਰੀਵੈਂਟ ਕਰ ਸਕਦੇ, ਕਿਉਂਕਿ ਮੌਸਮ ਨਾਲ ਬਹੁਤ ਘੱਟ ਜਿਹੜਾ ਹੁੰਦਾ ਧਿਆਨ ਰੱਖਿਆ ਜਾ ਸਕਦਾ? ਜੇ ਡੋਗ ਨੂੰ ਬਾਹਰ ਤੁਸੀਂ ਵਾਕ ਕਰਾਉਣ ਲਈ ਲੈ ਕੇ ਜਾਂਦੇ ਹੋ ਤਾਂ ਬਾਰਿਸ਼ ਦੇ ਮੌਸਮ ਦੇ ਵਿੱਚ ਇਹ ਚੀਜ਼ਾਂ ਧਿਆਨ ਕਿੱਦਾਂ? ਹਾਂਜੀ, ਇਹ ਨੋਰਮਲੀ ਟਿਕਸ ਬਾਹਰੋਂ ਹੀ ਆਉਂਦੇ ਜੀ, ਜਦੋਂ ਇਹ ਬਾਹਰ ਜਾਂਦੇ ਪਲਾਂਟਸ ਦੇ ਵਿੱਚ ਨਿਕਲਦੇ, ਪਲਾਂਟਸ ਦੇ ਵਿੱਚ ਲੁਕੇ ਬੈਠੇ ਹੁੰਦੇ, ਉਹ ਝਾੜੀਆਂ 'ਚ ਨਿਕਲੂਗਾ, ਘਾਹ ਤੋਂ ਨਿਕਲੂਗਾ, ਟਿਕ ਡੋਗ 'ਤੇ ਆ ਜਾਂਦਾ। ਉਹਨੂੰ 24 ਘੰਟੇ ਚਾਹੀਦੇ ਬਿਮਾਰੀ ਫੈਲਾਉਣ ਨੂੰ, ਫੀਡ ਕਰਨ ਨੂੰ। ਜੇ ਆਪਾਂ ਉਸ ਦੌਰਾਨ ਹੀ ਕਲੀਨ ਕਰ ਲੈਂਦੇ ਗੁੱਡ ਹੋ ਜਾਂਦਾ ਕੰਮ। ਫਿਰ ਇਹਨਾਂ ਦੇ ਟਿਕ ਪਾਊਡਰਸ, ਟਿਕ ਸ਼ੈਂਪੂਸ, ਟਿਕ ਦੀ ਟੈਬਲੇਟਸ ਆਉਂਦੀਆਂ ਜਿਹੜੀਆਂ, ਇਹਨੂੰ ਜਾ ਸਕਦੀਆਂ। ਅਤੇ ਕਈ ਕਾਲਰਸ ਆਉਂਦੇ 7-7 ਮਹੀਨੇ ਟਿਕਸ ਨੂੰ ਪ੍ਰੀਵੈਂਟ ਕਰ ਲੈਂਦੇ, ਫਿਰ ਤੁਹਾਡਾ ਵੈਟਨੇਰੀਅਨ ਤੁਹਾਨੂੰ ਗਾਈਡ ਕਰ ਦਿੰਦਾ ਵੀ ਇਹ ਚੀਜ਼ ਤੇਰੇ ਡੋਗ ਵਾਸਤੇ ਬੈਸਟ ਹੈ, ਅਤੇ ਆਪਾਂ ਉਹ ਦੇ ਕੇ ਇੱਕ ਬਹੁਤ ਵੱਡੀ ਬਿਮਾਰੀ ਤੋਂ ਬਚਾ ਸਕਦੇ ਹਾਂ ਡੋਗ ਨੂੰ। ਅਕਸਰ ਜਿਹੜੇ ਡੋਗਸ ਰੱਖਦੇ ਆ ਉਹਨਾਂ ਨੂੰ ਨਾ ਕਲੋਥਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਰਹਿੰਦਾ, ਤਾਂ ਮੌਸਮ ਦੇ ਨਾਲ ਨਾਲ ਇਹ ਚੀਜ਼ਾਂ ਦਾ ਵੀ ਧਿਆਨ ਰੱਖਣਾ ਪਏਗਾ, ਕਿਉਂਕਿ ਸਕਿਨ ਦੀ ਪ੍ਰੋਬਲਮ ਬਹੁਤ ਜਲਦੀ ਸ਼ੁਰੂ ਹੋ ਜਾਂਦੀ ਹੈ।
ਕਵਰ ਦੇ ਰਿਹਾ ਉਹਨੂੰ ਉਹਨੂੰ ਬਚਾ ਕੇ ਰੱਖ ਰਿਹਾ, ਟੈਂਪਰੇਚਰ ਮੇਨਟੇਨ ਕਰਨ 'ਚ ਹੈਲਪ ਕਰ ਰਿਹਾ। ਪਰ ਜੇ ਆਪਾਂ ਕਟਾ ਦਿੰਦੇ ਹਾਂ, ਛੋਟੇ ਕਰਾ ਦਿੰਦੇ ਹਾਂ, ਉਹਦੇ ਤੁਸੀਂ ਹਲਕੀ ਟੀ ਸ਼ਰਟ ਪਾਉਣਾ ਚਾਹੁੰਦੇ ਹੋ, ਕੋਟਨ ਦੀ ਉੱਪਰ ਪਾ ਸਕਦੇ ਹਾਂ, ਉਹ ਜਿੱਥੇ ਇੱਥੇ ਟੱਚ ਹੁੰਦੀ ਬਾਡੀ ਨੂੰ ਉਹਨੂੰ ਰੈਗੂਲਰ ਚੈੱਕ ਕਰਨਾ ਹੁੰਦਾ ਕਿ ਉਹਦੇ ਕਰਕੇ ਕੋਈ ਪ੍ਰੋਬਲਮ ਨਾ ਆ ਜਾਵੇ। ਅਤੇ ਇਸ ਦੇ ਨਾਲ ਜਿਵੇਂ ਤੁਸੀਂ ਦੱਸਿਆ, ਕਲੋਦਿੰਗ ਤੋਂ ਬਾਅਦ ਸਕਿਨ ਦੀਆਂ ਪ੍ਰੋਬਲਮਸ ਲਗਾਤਾਰ ਵਧਦੀਆਂ ਜਾਂਦੀਆਂ ਨੇ, ਡਾਇਟ 'ਤੇ ਵੀ ਬਹੁਤ ਧਿਆਨ ਰੱਖਣਾ ਪੈਂਦਾ ਹੋਵੇਗਾ ਜੇ ਮੌਸਮ ਬਦਲ ਰਿਹਾ, ਕਿਹੜੀ ਕਿਹੜੀ ਡਾਇਟ ਦੇ ਵਿੱਚ ਚੀਜ਼ਾਂ ਇੰਕਲੂਡ ਕਰਨੀਆਂ ਚਾਹੀਦੀਆਂ? ਜਦੋਂ ਹੁਣ ਸਮਰ 'ਚ ਡੋਗ ਨੂੰ ਆਪਣਾ ਬਾਡੀ ਟੈਂਪਰੇਚਰ ਮੇਨਟੇਨ ਕਰਨ ਦੀ ਲੋੜ ਨਹੀਂ ਪੈਂਦੀ ਜੋ ਵਿੰਟਰ 'ਚ ਚਾਹੀਦਾ ਹੁੰਦਾ, ਫਿਰ ਉਨੀ ਐਨਰਜੀ ਨਹੀਂ ਚਾਹੀਦੀ। ਪਰ ਸਮਰ 'ਚ ਐਕਟੀਵਿਟੀ ਵੱਧ ਜਾਂਦੀ ਆ, ਫਿਰ ਉਹ ਡੋਗ ਦੇ ਬਾਡੀ ਵੇਟ ਨੂੰ ਮੋਨੀਟਰ ਕਰਨਾ ਹੁੰਦਾ ਕਿ ਵੀ ਜੇ ਉਹ ਬਾਡੀ ਵੇਟ ਮੋਨੀਟਰ ਕਰ ਰਿਹਾ, ਘੱਟ ਡਾਇਟ 'ਤੇ ਵੀ ਆਪਾਂ ਘੱਟ ਡਾਇਟ ਦੇ ਸਕਦੇ ਹਾਂ। ਜਦੋਂ ਬਾਰਿਸ਼ਾਂ ਹੁੰਦੀਆਂ ਉਦੋਂ ਡੋਗ ਬਾਹਰ ਘੱਟ ਜਾਂਦੇ ਆ, ਸੈਰ ਘੱਟ ਕਰਦੇ, ਖੇਡਦੇ ਘੱਟ ਬਾਹਰ, ਫਿਰ ਐਨਰਜੀ ਰਿਕੁਆਇਰਮੈਂਟਸ ਘੱਟ ਜਾਂਦੀਆਂ, ਫਿਰ ਆਪਾਂ ਡਾਇਟ ਘਟਾ ਸਕਦੇ ਹਾਂ। ਇਸ ਸੀਜ਼ਨ 'ਚ ਗਰਮੀਆਂ 'ਚ ਨੋਰਮਲੀ ਡੋਗ ਦੁਪਹਿਰ ਦਾ ਖਾਣਾ ਛੱਡ ਦਿੰਦੇ, ਬਿਕੋਜ਼ ਉਹਨਾਂ ਨੂੰ ਦਿਲ ਨਹੀਂ ਕਰ ਰਿਹਾ ਹੁੰਦਾ ਖਾਣ ਨੂੰ, ਫਿਰ ਉਹ ਸਕਿਪ ਕਰ ਸਕਦੇ ਆ ਤੁਸੀਂ, ਅਦਰਵਾਈਜ਼ ਜੇ ਡੋਗ ਹੈਲਦੀ ਹੈ। ਵਿੰਟਰ 'ਚ ਅਸੀਂ ਅਵੋਇਡ ਕਰਦੇ ਹਾਂ ਡਰਾਈ ਫੂਡ, ਜੇ ਓਪਨ ਬੈਗ ਆ ਉਹਨੂੰ ਬਾਹਰ ਰੱਖਣਾ, ਕਿਉਂਕਿ ਮੋਇਸਟ ਹੋ ਜਾਂਦਾ, ਖਰਾਬ ਹੋ ਜਾਂਦਾ। ਜੇ ਆਪਾਂ ਡਰਾਈ ਫੂਡ ਯੂਜ਼ ਕਰ ਰਹੇ ਹਾਂ ਤਾਂ ਉਹਨੂੰ ਏਅਰ ਟਾਈਟ ਰੱਖਣਾ ਹੁੰਦਾ, ਅਤੇ ਚੈੱਕ ਕਰਦੇ ਰਹਿਣਾ ਹੁੰਦਾ ਵੀ ਉਹ ਖਰਾਬ ਨਾ ਹੋ ਰਿਹਾ ਹੋਏ। ਸਟੋਰੇਜ ਮਾਈਟਸ ਕਰਕੇ ਇੱਕ ਚੀਜ਼ ਹੁੰਦੀ ਹੈ ਡਰਾਈ ਫੂਡਸ ਬਣ ਜਾਂਦੀ ਹੈ ਸੀਜ਼ਨ 'ਚ, ਉਹ ਤੋਂ ਐਲਰਜੀਜ਼ ਹੋ ਜਾਂਦੀ ਡੋਗਸ ਨੂੰ, ਫਿਰ ਉਹ ਥੋੜ੍ਹਾ ਥੋੜ੍ਹਾ ਆਪਾਂ ਜੇ ਨੋਟ ਕਰਦੇ ਰਹਿੰਦੇ, ਕਈ ਚੀਜ਼ਾਂ ਆਪਾਂ ਪ੍ਰੀਵੈਂਟ ਕਰ ਪਾਉਂਦੇ ਹਾਂ। ਤਾਂ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਇਸ ਟਾਈਮ ਬਹੁਤ ਕੋਸ਼ਿਸ਼ ਕਰਦੇ ਨੇ ਕਿ ਅਸੀਂ ਆਪਣੇ ਪੈਟ ਦੀ ਬਹੁਤ ਵਧੀਆ ਕੇਅਰ ਕਰੀਏ, ਇੱਕ ਰੈਗੂਲਰ ਚੈੱਕਅਪ ਨਾਲ ਦੇ ਨਾਲ ਹੁੰਦਾ ਰਹੇ, ਉਹਨਾਂ ਵਾਸਤੇ ਕੀ ਮੈਸੇਜ? ਜਿਹੜਾ ਡੋਗ ਨੂੰ ਆਪਣੇ ਬੱਚਿਆਂ ਤਰ੍ਹਾਂ ਰੱਖ ਰਿਹਾ, ਪਿਆਰ ਨਾਲ ਰੱਖ ਰਿਹਾ, ਉਹਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਕਿ ਕੋਈ ਗਲਤ ਹੋ ਗਿਆ। ਅਤੇ ਉਹ ਬੈਸਟ ਹੈ ਕਿ ਜਿੰਨੀ ਅਰਲੀ ਪਤਾ ਲੱਗ ਜਾਵੇ, ਉਹਨੂੰ ਇਸ ਟਾਈਮ ਲੁਧਿਆਣੇ 'ਚ ਬਹੁਤ ਚੰਗੇ ਡਾਕਟਰਸ ਆ, ਯੂਨੀਵਰਸਿਟੀ ਬਹੁਤ ਉੱਪਰਲੇ ਲੈਵਲ 'ਤੇ ਕੰਮ ਕਰ ਰਹੀ ਹੈ, ਤੁਹਾਡੇ ਕੋਲ ਆਪਸ਼ਨਸ ਬਹੁਤ ਜ਼ਿਆਦਾ ਹੈਗੀਆਂ ਆਪਣੇ ਡੋਗਸ ਨੂੰ ਲਿਜਾਣ ਵਾਸਤੇ ਚੰਗੇ ਲੋਕਾਂ ਕੋਲ। ਅਤੇ ਉਹ ਡੋਗ ਆਪ ਨਹੀਂ ਜਾ ਸਕਦਾ, ਤੁਸੀਂ ਸਿਰਫ ਨੋਟ ਕਰਨਾ, ਦੇਖਣਾ, ਸਭ ਕੁਛ ਚੰਗਾ ਚੱਲ ਰਿਹਾ, ਠੀਕ ਹੈ, ਨਹੀਂ ਲੜ ਰਿਹਾ, ਛੇਤੀ ਤੋਂ ਛੇਤੀ ਲੈ ਜਾਓ, ਜੇ ਕੁਛ ਨਹੀਂ ਨਿਕਲਦਾ ਗੁੱਡ, ਜੇ ਨਿਕਲ ਆਉਂਦਾ ਤਾਂ ਪਹਿਲਾਂ ਪਤਾ ਲੱਗ ਜਾਂਦਾ। ਹਾਂਜੀ ਸਰ, ਤਾਂ ਇਹ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਕਿਹੜੀਆਂ ਕਿਹੜੀਆਂ ਚੀਜ਼ਾਂ ਮੌਸਮ ਦੇ ਨਾਲ ਚੇਂਜਿਸ ਦੇ ਵਿੱਚ, ਬਾਡੀ ਚੇਂਜਿਸ ਦੇ ਨਾਲ ਡੋਗਸ ਦੇ ਵਿੱਚ ਵੀ ਆਉਂਦੀ ਆ, ਔਰ ਬਹੁਤ ਸਾਰੇ ਕੇਅਰ ਟੇਕਰਸ ਇਹੋ ਜਿਹੇ ਨੇ ਕਿ ਜੋ ਬਹੁਤ ਧਿਆਨ ਰੱਖਦੇ ਨੇ ਇਹਨਾਂ ਚੀਜ਼ਾਂ ਦਾ, ਜਿਹੜੀ ਕਹਿ ਲਓ ਵੀ ਇੱਕ ਬੱਚਿਆਂ ਦੀ ਤਰ੍ਹਾਂ ਪਾਲਿਆ ਜਾਂਦਾ ਬੇਜ਼ੁਬਾਨਾਂ ਨੂੰ, ਔਰ ਲੋਕ ਬਹੁਤ ਪਸੰਦ ਕਰਦੇ ਨੇ ਡੋਗਸ ਨੂੰ ਰੱਖਣਾ, ਬਹੁਤ ਪਿਆਰ ਨਾਲ ਰੱਖਿਆ ਜਾਂਦਾ, ਪਰ ਉਹੀ ਪਿਆਰ ਜਿਹੜਾ ਤੁਸੀਂ ਉਸਦੀ ਕੇਅਰ ਵੀ ਤੁਹਾਨੂੰ ਪ੍ਰੋਪਰ ਰੱਖਣੀ ਪਏਗੀ, ਤਾਂ ਜੋ ਕੋਈ ਵੀ ਬਿਮਾਰੀ ਦੇ ਨਾਲ ਤੁਹਾਡੇ ਡੋਗ ਦੀ ਜਿਹੜੀ ਤਬੀਅਤ ਨਾ ਖਰਾਬ ਹੋ ਸਕੇ। ਅਗਰ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਹੈ ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਜਲਦ ਤੋਂ ਜਲਦ ਉਹਨੂੰ ਡਾਇਗਨੋਸ ਕੀਤਾ ਜਾਵੇ, ਤਾਂ ਤੁਸੀਂ ਡਾਕਟਰਸ ਕੋਲ ਵਿਜ਼ਿਟ ਕਰਕੇ ਆਪਣੀ ਜਿਹੜੀ ਹੈ ਰੈਗੂਲਰ ਚੈੱਕਅਪ ਕਰਵਾ ਸਕਦੇ ਹੋ। ਇੱਦਾਂ ਦੀ ਹੋਰ ਵਧੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ, ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਪ੍ਰਬਲੀਨ ਕੌਰ।